जी का खास रूप गुरु खालसा सतसंग जी जिन्नी भी संगत सरवरे कायनात वाली है जो जहान समुची मनुखता दे अवतार समुची मनुखता दे रहबर जुगो जुगा टल धन 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 साहब श्री गुरु ग्रंथ साहिब महाराज के चरणों विच सुभाएमान जुड़ बैठी गुरु प्यारी गुरु सवारी गुरु खालसा सतसंग जी फतेह दी सांझ पाओ फतेह बुलाओ जी वाहेगुरु जी का वाहेगुरु जी की फतेह। धन धन पार ब्रह्म परमेश्वर श्री गुरु नानक देव महाराज का जस नगर किला फार्म दी संगतां वल्लों मिल के जिन्हें विच बजुर्ग भी जिन्हें विच बच्चे भी वीर भी भैणां मातावां सारे श्रद्धा सहित गुरु बाबा जी का जस गायन किया नीता प्रति प्रभात फेरी रूप विच जस गायन हो रहे गुरु कृपा करे जिहड़ी रहिंदियां प्रभात फेरियां ने उन्हां विच भी महाराज कृपा करन साडे ते मेहर भरिया हथ रखण रहिंदियां प्रभात फेरियां अपना जस आप करा लैण। आ देखो बजुर्ग भी हाजरियां भरदे ने हर रोज़ नाल चलदे ने प्रभात फेरी विच गुरु नानक देव महाराज दा जस करन वास्ते किन्ना चाह निशान साहब की सेवा करदे ने बाबा स्वर्ण सिंह जी भावें वेखो उन्हां दे पैदल चलण विच थोड़ी जी उखाई भी है गुरु बाबा जी प्रेम नूं जाणदे ने धन गुरु नानक देव महाराज प्रेम अगे कुछ नहीं है गुरु दे प्रेम सिरमौरक समझिया होया गुरु दा जस मुख रख्या होया महाराज बल बख्शे सतगुरु जी सारिआं नूं तंदरुस्ती दातां बख्शिश करन गुरु बाबा जी अपना जस आप करवाउंदे रहन संगतां ते मेहर भरिया हथ रखण ते चले कदम महाराज लेखे विच लाउण सो सारियां दी आसां मुरादां भावनावां पूरियां करन प्रभात फेरी दे विच जिहड़ा श्रद्धा भावना नाल जस गायन करदा है उहदे ते किरपा जरूर लागू हुंदी है। प्रभात फेरी विच आके इच्छा पूरी हुंदी है प्रभात फेरी विच आके इच्छा पूरी हुंदी है पूरी हुंदी है इच्छा पूरी हुंदी है इच्छा पूरी हुंदी है पूरी हुंदी है इच्छा पूरी हुंदी है पूरी हुंदी है इच्छा पूरी हुंदी है इच्छा पूरी हुंदी है प्रभात फेरी विच आके इच्छा पूरी हुंदी
पात फेरी विच आके इच्छा पूरी हुंदी है। ਗੁਰੂ ਨਾਨਕ ਦੇ ਮਹਾਰਸ ਅੰਤਰਜਾਮੀ ਨੇ ਸਭ ਦੀਆਂ ਦਿਲਾਂ ਦੀਆਂ ਜਾਣਦੇ ਨੇ, ਸਭ ਦੇ ਮਨਾਂ ਦੀਆਂ ਜਾਣਦੇ ਨੇ। ਉਹਨਾਂ ਦੇ ਜਸ ਵਿੱਚ ਕੋਈ ਇੱਕ ਕਦਮ ਵੀ ਚੱਲਦਾ ਹੈ ਉਹਦਾ ਵੀ ਫਲ ਗੁਰੂ ਨਾਨਕ ਦੇਵ ਮਹਾਰਜ ਦੇਣੇ। ਪਰ ਪਾਤਸ਼ਾਹੀ ਵਿੱਚ ਕਿਉਂ ਸੰਗਤ ਜਾਂਦੀ, ਕਿਉਂ ਅੰਮ੍ਰਿਤ ਵੇਲੇ 3 ਵਜੇ ਉੱਠਣਾ ਪੈਂਦਾ ਸੰਗਤ ਨੂੰ? ਕਈ ਕਹਿਣ ਵੀ ਮੀਨਿੰਗ ਨਹੀਂ ਕੋਈ ਇਹਦਾ, ਪਰ ਇਹ ਤਾਂ ਗੁਰੂ ਨਾਨਕ ਦੇਵ ਮਹਾਰਾਜ ਦਾ ਜਸ ਮੁੱਖ ਰੱਖ ਕੇ ਪ੍ਰਸ਼ਾਰਿਤ ਕੀਤਾ ਜਾ ਰਿਹਾ। ਲੋਕੀ ਜਿਵੇਂ ਪਹਿਲਾਂ 4 ਵਜੇ ਉੱਠਦੇ, 4:30, ਹੁਣ 1.5 ਘੰਟੇ ਪਹਿਲਾਂ ਉੱਠਦੇ ਪਏ ਨੇ। ਕਿਉਂ? ਅੰਦਰ ਚਾਹ ਹੈ, ਅੰਦਰ ਉਤਸ਼ਾਹ ਹੈ ਕਿ ਗੁਰੂ ਬਾਬਾ ਜੀ ਦਾ ਜਸ ਗਾਇਨ ਕਰਨਾ। ਕਿ ਗੁਰੂ ਨਾਨਕ ਦੇਵ ਮਹਾਰਾਜ ਜਾਣਦੇ ਨੇ? ਸਭ ਜਾਣਦੇ। ਕਿ ਗੁਰੂ ਨਾਨਕ ਦੇਵ ਮਹਾਰਾਜ ਭਾਗ ਨਾ ਲਾਉਣਗੇ? ਲਾਉਣ। ਕੀ ਗੁਰੂ ਨਾਨਕ ਦੇਵ ਮਹਾਰਾਜ ਅਰਦਾਸ ਨਾ ਸੁਣਨਗੇ? ਸੁਣਨਗੇ। ਸੁਣੀ ਅਰਦਾਸ ਸਵਾਮੀ ਮੇਰੇ ਸਰਬ ਕਲਾ ਬਣਿਆਈ, ਪ੍ਰਗਟ ਭਈ ਸਗਲੇ ਜੁਗਯੰਤਰ, ਗੁਰੂ ਨਾਨਕ ਕੀ ਵਡਿਆਈ। ਇਹ ਤਾਂ ਗੁਰੂ ਨਾਨਕ ਦੀ ਵਡਿਆਈ ਹੈ ਭਾਈ, ਜਿਹੜਾ ਕਰ ਲਏਗਾ ਉਹ ਬਿਰਥੀ ਨਹੀਂ ਜਾਈ। ਇੱਕ ਬੋਲ ਵੀ ਬੋਲੇਗਾ ਨਾ, ਉਹਦਾ ਵੀ ਫਲ ਗੁਰੂ ਨਾਨਕ ਦੇਵ ਮਹਾਰਾਜ ਜੀ ਦੇਣਗੇ। ਅੱਜ ਦੀ ਪ੍ਰਭਾਤ ਫੇਰੀ ਦਾ ਸੁਭਾਗਾ ਸਮਾਂ ਸਰਦਾਰ ਰਣਜੀਤ ਸਿੰਘ ਸਪੁੱਤਰ ਸਰਦਾਰ ਗੁਰਮੁਖ ਸਿੰਘ ਜੀ ਪਰਿਵਾਰ ਨੂੰ ਪ੍ਰਾਪਤ ਹੋਇਆ। ਗੁਰੂ ਕਿਰਪਾ ਕਰੇ ਸਾਰੇ ਪਰਿਵਾਰ 'ਤੇ ਮਹਾਰਾਜ ਮਿਹਰ ਪ੍ਰਿਆਤ ਰੱਖਣ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਕੱਲ੍ਹ ਆਪਾਂ ਜਿਹੜੀ ਵਿਚਾਰ ਕਰ ਰਹੇ ਸੀ ਸਰਦਾਰ ਮਲਕੀਤ ਸਿੰਘ ਜੀ ਦੇ ਪ੍ਰਭਾਤ ਫੇਰੀ 'ਤੇ, ਇੱਥੇ ਆਪਣੀ ਵਿਚਾਰ ਪਹੁੰਚ ਗਈ ਸੀ ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੰਨੇ ਉਪਾਇਆ ਨੇ ਉਲਟਾ ਅੰਧੇ ਨੂੰ ਨਿਹਾਲ ਕਰ ਦਿੱਤੇ, ਅਤੇ ਸੱਪ ਵਾਲੀ ਅਤੇ ਛਾਂ ਚੱਲ ਰਹਿਣੀ, ਖੇਤੀ ਹਰੀ ਭਰੀ ਕਰਨੀ। ਕੱਲ੍ਹ ਵੈਸੇ ਤਾਂ ਤਕਰੀਬਨ ਹਰ ਰੋਜ਼ ਹੀ ਇੱਕ ਕਥਾ ਵਿੱਚ 6-7 ਸਾਖੀਆਂ ਲੱਗੀਆਂ ਸੀ, ਕੱਲ੍ਹ 6-7, ਅਤੇ ਕਿਉਂਕਿ ਪ੍ਰਮਾਣ ਦੇਣੇ ਪੈਂਦੇ ਨੇ ਵਿੱਚ ਵਿੱਚ, ਫਿਰ ਸਾਖੀਆਂ ਦੀ ਪ੍ਰਮਾਣ, ਇਤਿਹਾਸ ਦੇ ਪ੍ਰਮਾਣ। ਅੱਜ ਜਿਹੜੀ ਕਥਾ ਉਸ ਤੋਂ ਅੱਗੇ ਆਪਾਂ ਸ਼ੁਰੂ ਕਰਦੇ ਹਾਂ। ਗੁਰੂ ਨਾਨਕ ਦੇਵ ਮਹਾਰਾਜ ਜੀ, ਉਸ ਤੋਂ ਬਾਅਦ ਪਿਤਾ ਕਲਿਆਣ ਦਾਸ ਜੀ ਨੇ ਖੇਤਾਂ ਵਿੱਚ ਨਹੀਂ ਭੇਜਿਆ, ਕਹਿੰਦੇ ਮੱਝੀਆਂ ਗਾਵਾਂ ਦੇ ਕੇ ਭੇਜਿਆ ਅਤੇ ਖੇਤ ਉਜਾੜ ਆਏ, ਲਾਮਾ ਲੈ ਕੇ ਘਰ ਆ ਗਏ। ਹੁਣ ਗਾਵਾਂ ਮੱਝੀਆਂ ਨਹੀਂ ਇਹਨੂੰ ਦੇ ਕੇ ਤੋਰਨਾ। ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਘਰ ਬੈਠੇ ਰਹਿੰਦੇ, ਕਿਸੇ ਨਾਲ ਬੋਲਦੇ ਨੇ। ਮਾਤਾ ਬੜੀ ਦਲਗੀਰ ਹੋਈ, ਦੁਖੀ ਹੋਈ, ਕਿਉਂ ਨਹੀਂ ਬੋਲ। ਪਿਤਾ ਕਲਿਆਣ ਦਾਸ ਨੂੰ ਕਹਿੰਦੇ ਨੇ, ਪੁੱਛੋ ਤਾਂ ਸਹੀ ਕਿਉਂ ਨਹੀਂ ਬੋਲ, ਕੀ ਉਹਨਾਂ ਨੇ ਖੇਦ ਕੀਤਾ ਵੀ ਖੇਤਾਂ 'ਚ ਨਹੀਂ ਜਾਣਾ, ਤਾਂ ਕਰਕੇ ਆਪਣੇ ਘਰ ਵਾਲੇ ਨੂੰ ਕਲਿਆਣ ਦਾਸ, ਬਾਬਾ ਕਲਿਆਣ ਦਾਸ ਕਹਿੰਦੇ ਨੇ, ਤੁਸੀਂ ਕਹੋ ਆਪਣੇ ਪੁੱਤਰ ਨੂੰ, ਉਹਨਾਂ ਨੂੰ ਦਿਲਾਸਾ ਦਿਓ, ਪਿਆਰ ਕਰੋ। ਉਹ ਕਿਸੇ ਨਾਲ ਕੁਝ ਬੋਲਦੇ ਹੀ ਨਹੀਂ, ਖਾਂਦੇ ਪੀਂਦੇ ਵੀ ਕੁਛ ਨਹੀਂ ਹਨ। ਪਿਤਾ ਕਲਿਆਣ ਦਾਸ ਜੀ ਕਹਿੰਦੇ, ਪੁੱਤਰ ਸਾਡਾ ਵੀ ਜੀ ਨਹੀਂ ਕਰਦਾ ਤੈਨੂੰ ਝਿੜਕਣ ਨੂੰ, ਪਰ ਸਾਨੂੰ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ ਕਿ ਪਟਵਾਰੀ ਦਾ ਪੁੱਤਰ ਕੋਈ ਕੰਮ ਨਹੀਂ ਕਰਦਾ, ਜਵਾਨ ਹੋ ਗਿਆ, 15 ਸਾਲ ਦੇ ਲੱਗ ਉਮਰ ਹੋ ਗਈ ਇਹਦੀ, ਕੁਛ ਨਹੀਂ ਕਰਦਾ, ਇਹ ਘਰ ਹੀ ਬੈਠਾ ਰਹਿੰਦਾ, ਕਿਸੇ ਨਾਲ ਬੋਲਦਾ ਨਹੀਂ। ਜਦੋਂ ਸਰੀਕ ਗੱਲਾਂ ਕਰਦੇ ਨੇ ਨਾ, ਸਾਨੂੰ ਦੁੱਖ ਬੜਾ ਲੱਗਦਾ ਵੀ ਸਾਡੇ ਬੱਚੇ ਨੂੰ ਗੱਲ ਕਿਵੇਂ ਕਰਦੇ। ਸਾਨੂੰ ਚੁੱਪ ਕਰਨਾ ਪੈਂਦਾ, ਅਸੀਂ ਤੇਰੇ ਭਲੇ ਵਾਸਤੇ ਕਹਿੰਦੇ ਹਾਂ, ਪਿਤਾ ਕਲਿਆਣ ਦਾਸ ਜੀ ਕਹਿੰਦੇ ਨੇ।
ਗੁਰੂ ਨਾਨਕ ਦੇਵ ਮਹਾਰਾਜ ਜੀ ਬੋਲੇ ਨੇ, ਫਿਰ ਕਹਿਣ ਲੱਗੇ, ਲਾਲ ਤੂੰ ਨਾਰਾਜ਼ ਨਾ ਹੋ, ਸਾਰੀ ਜ਼ਮੀਨ ਤੇਰੀ ਹੈ, ਸਾਰੇ ਖੇਤ ਤੇਰੇ ਨੇ, ਅਸੀਂ ਕੀ ਕਰਨਾ। ਤੂੰ ਇੰਜ ਕਰਿਆ ਕਰ, ਖੇਤਾਂ 'ਚ ਜਾਇਆ ਕਰ, ਖੇਤ ਵਾਹਣਾ, ਖੇਤ 'ਚ ਬੀਜ ਬੀਜਣਾ, ਸੁਹਾਗਾ ਫੇਰਨਾ, ਪਾਣੀ ਲਾਉਣਾ, ਆਪਣੀ ਖੇਤੀ ਵੱਲ ਧਿਆਨ ਦੇ। ਇੰਨੀ ਜ਼ਮੀਨ ਹੈ, ਇੰਨੀ ਜ਼ਮੀਨ ਜਾਇਦਾਦ ਹੈ, ਉੱਧਰ ਧਿਆਨ ਦੇ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਪਿਤਾ ਜੀ, ਅਸੀਂ ਤਾਂ ਖੇਤੀ ਕੀਤੀ ਹੋਈ, ਅਸੀਂ ਤਾਂ ਖੇਤ ਵੀ ਵਾਹਿਆ, ਹਲ ਵੀ ਫੇਰਿਆ, ਅਸੀਂ ਤਾਂ ਸੁਹਾਗਾ ਵੀ ਮਾਰਿਆ, ਬੀਜ ਕੇ ਨਾਮ ਦਾ ਬੀਜ, ਤੇ ਬੜੀ ਸੋਹਣੀ ਖੇਤੀ ਹੋ ਵੀ ਰਹੀ ਹੈ। ਪਿਤਾ ਕਲਿਆਣਦਾਸ ਜੀ ਅਚਰਜ ਹੁੰਦੇ ਨੇ, ਕਮਾਲ, ਕਿ ਕਈ ਦਿਨਾਂ ਤੋਂ ਘਰ ਬੈਠਾ ਹੈ, ਕਿਤੇ ਜਾਂਦਾ ਨਹੀਂ, ਨਾ ਖੇਤਾਂ 'ਚ, ਇਹ ਕਿਵੇਂ ਦੀਆਂ ਗੱਲਾਂ ਕਰਦਾ ਪਿਆ। ਕਹਿੰਦੇ, ਪਿਤਾ ਜੀ, ਅਸੀਂ ਨਵੇਕਲੀ ਖੇਤੀ ਕੀਤੀ ਹੋਈ ਹੈ, ਨਿਆਰੀ ਹੋਈ, ਦੁਨੀਆਂ ਤੋਂ ਵੱਖਰੀ ਖੇਤੀ ਕੀਤੀ। ਸੋ ਸਤਸੰਗ ਜੀ, ਪਿਤਾ ਕਲਿਆਣਦਾਸ ਜੀ ਕਹਿੰਦੇ, ਚੱਲ ਫਿਰ ਦੱਸ ਕਿਹੜੀ ਖੇਤੀ ਕੀਤੀ, ਸਾਨੂੰ ਵੀ ਪਤਾ ਲੱਗੇ। ਮਹਾਰਾਜ ਬਾਣੀ ਉਚਾਰਦੇ ਨੇ, ਸੋਰਠ ਮਹੱਲਾ ਪਹਿਲਾ, ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ਼, ਭਾਉ ਕਰਮ ਕਰ ਜਮਸੀ, ਸੇ ਘਰ ਭਾਗਟ ਦੇਖ। ਬਾਬਾ, ਪਿਤਾ ਜੀ ਨੂੰ ਕਹਿੰਦੇ, ਬਾਬਾ, ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ, ਵਿਰਲਾ ਬੂਝੈ ਕੋਇ। ਇਹ ਸ਼ਬਦ ਦੀ ਉਥਾਨਤਾ ਕਦੋਂ ਕਿਵੇਂ ਉਚਾਰਿਆ? ਇਸ ਤਰ੍ਹਾਂ ਉਚਾਰਿਆ, ਜਦੋਂ ਪਿਤਾ ਸਵਾਲ ਕਰਦਾ ਖੇਤੀ ਬਾਰੇ, ਖੇਤੀ ਨਹੀਂ ਕਰਦਾ, ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਉਦੋਂ ਇਹ ਸ਼ਬਦ ਉਚਾਰਿਆ। ਬਾਣੀ ਦੀ ਉਥਾਨਤਾ ਹੈ ਨਾ, ਜਪਜੀ ਸਾਹਿਬ ਮਹਾਰਾਜ ਨੇ ਸੁਮੇਰ ਪਰਬਤ ਤੇ ਉਚਾਰਿਆ, ਇੱਕ ਇੱਕ ਸਵਾਲ ਦਾ ਜਵਾਬ ਦਿੱਤਾ ਹੈ। ਸਿੰਧਰ ਸੰਗ ਕਰੀ ਹਮ ਚਰਚਾ, ਤਬੈ ਉਚਾਰਾ ਜਪ ਪਰਬੀਨੀ, ਲਿਖਿਆ ਨਾ ਸੰਤ ਗਿਆਨੀ ਬਾਬਾ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲੇ, ਉੱਥੇ ਉਚਾਰਿਆ ਸਾਰਾ ਜਪਜੀ ਸਾਹਿਬ। ਜਿਵੇਂ ਜਿਵੇਂ ਸਵਾਲ ਕਰਦੇ ਗਏ, ਉਵੇਂ ਉਵੇਂ ਜਵਾਬ ਦਿੰਦੇ ਗਏ। ਉਥਾਨਕਾ ਬਾਣੀ ਦੇ ਸ਼ਬਦਾਂ ਦੀ, ਇਹ ਸ਼ਬਦ ਮਹਾਰਾਜ ਨੇ ਆਪਣੇ ਪਿਤਾ ਦੇ ਸਨਮੁਖ ਉਚਾਰਿਆ। ਕਹਿੰਦੇ, ਸਾਨੂੰ ਨਹੀਂ ਸਮਝ ਲੱਗੀ ਕੋਈ, ਪਿਤਾ ਕਲਿਆਣਦਾਸ ਜੀ ਕਹਿੰਦੇ, ਸਾਨੂੰ ਦੱਸ ਇਹਦਾ ਮਤਲਬ ਕੀ। ਮਨ ਹਾਲੀ ਕਿਰਸਾਣੀ ਕਰਨੀ, ਮਹਾਰਾਜ ਕਹਿੰਦੇ, ਮਨ ਨੂੰ ਅਸੀਂ ਹਾਲੀ ਬਣਾਇਆ, ਮਨ ਨੂੰ ਹਾਲੀ ਬਣਾਇਆ, ਕਿਰਸਾਣੀ ਬਣਾਇਆ। ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਆ ਨਾ ਪਾਣੀ ਕੁਛ ਦਿਨ ਪਹਿਲਾਂ ਛੱਡ ਵੀ ਦਿੰਦੇ ਨੇ ਕਈ ਵਾਰ ਬੱਤਰ ਆਉਣ ਵਾਸਤੇ, ਥੋੜ੍ਹਾ ਗਿੱਲਾ ਬੱਤਰ ਜਾਵੇ, ਅਸੀਂ ਪਾਣੀ ਦਿੱਤਾ ਹੋਇਆ ਸ਼ਰਮ ਦਾ। ਮਹਾਰਾਜ ਪਿਤਾ ਕਹਿੰਦੇ, ਸ਼ਰਮ ਦਾ ਪਾਣੀ? ਮਹਾਰਾਜ ਕਹਿੰਦੇ, ਸ਼ਰਮ ਮਤਲਬ ਸਾਨੂੰ ਬੁਰੇ ਕੰਮਾਂ ਤੋਂ ਸ਼ਰਮ ਆ ਗਈ, ਲੱਜਾ ਆ ਗਈ। ਸ਼ਰਮ ਪਾਣੀ ਤਨ ਖੇਤ, ਬੁਰਿਆਈ ਵਾਲੇ ਪਾਸੇ ਜਾਣਾ ਨਹੀਂ, ਬੰਦ ਕਰ ਦਿੱਤਾ, ਲੱਜਾ ਆ ਗਈ, ਸ਼ਰਮ ਆ ਗਈ। ਸ਼ਰਮ ਵੀ ਸਤਸੰਗ ਜੀ ਸਮਝਦਾਰ ਨੂੰ ਹੁੰਦੀ ਹੈ, ਬੇਸਮਝ ਨੂੰ ਸ਼ਰਮ ਵੀ ਨਹੀਂ ਹੁੰਦੀ। ਇਹ ਕਹਿੰਦੇ ਬੇਹਿਆਤ ਹੈ, ਸ਼ਰਮ ਵੀ ਨਹੀਂ, ਕੋਈ ਲੱਜਾ ਵੀ ਨਹੀਂ। ਇਸ ਕਰਕੇ ਕਿਉਂ ਨਹੀਂ ਲੋਕੀ ਬੁਰਿਆਈ ਵਾਲੇ ਪਾਸੇ ਜਾਂਦੇ? ਇੱਜ਼ਤਦਾਰ ਲੋਕ ਨੇ, ਕਿਉਂ ਨਹੀਂ ਲੋਕ ਬੁਰਿਆਈ ਵਿੱਚ ਗਲਤਾਨ ਹੁੰਦੇ, ਵਿਕਾਰੀ ਬਣਦੇ? ਸ਼ਰਮ ਹੈ ਲੋਕਾਂ ਨੂੰ, ਵੀ ਸ਼ਰਮ ਹੈ ਨਾ, ਤਾਂ ਹੀ ਨਹੀਂ ਉਸ ਪਾਸੇ ਜਾਂਦੇ। ਸਿਆਣੇ ਕਹਿੰਦੇ ਨੇ, ਸ਼ਰਮ ਹੋਈ ਤਾਂ ਮੰਨ ਜਾਏਗਾ, ਲੱਗ ਜਾਏਗੀ ਕਹਿੰਦੇ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਸ਼ਰਮ ਪਾਣੀ ਤਨ ਖੇਤ, ਅਸੀਂ ਇਹ ਸ਼ਰਮ ਪਾਣੀ ਦਾ ਖੇਤ ਨੂੰ ਪਾਣੀ ਲਾਇਆ, ਤੇ ਤਨ ਖੇਤ ਸਰੀਰ ਨੂੰ ਖੇਤ ਬਣਾਇਆ, ਸਰੀਰ ਨੂੰ ਖੇਤ, ਮਨ ਨੂੰ ਹਾਲੀ। ਜਿਵੇਂ ਆਪਾਂ ਜ਼ਿਮੀਂਦਾਰ ਕਿਸਾਨੀ ਨਹੀਂ ਕਰਦਾ, ਹਲ ਵਾਹੁੰਦਾ, ਮਹਾਰਾਜ ਕਹਿੰਦੇ ਅਸੀਂ ਇਹਦੇ ਵਿੱਚ ਮਨ ਹਾਲੀ ਹੈ, ਇਹ ਸਰੀਰ ਰੂਪੀ ਖੇਤ ਨੂੰ ਵਾਹ ਰਿਹਾ। ਨਾਮ ਬੀਜ, ਅਸੀਂ ਨਾਮ ਦਾ ਬੀਜ ਬੀਜਿਆ ਹੋਇਆ,
ਅਤੇ ਨਾਮ ਦਾ ਬੀਜ ਬੀਜ ਕੇ ਤੁਸੀਂ ਜ਼ਿਮੀਂਦਾਰ ਵੀਰ ਬੈਠੇ ਹੋ, ਤੁਹਾਨੂੰ ਜ਼ਿਆਦਾ ਪਤਾ ਹੈ। ਹੁਣ ਕਣਕ ਬੀਜੀਏ, ਸੁਹਾਗਾ ਫਿਰ ਤਾਂ ਉਹਨਾਂ ਨਾਲ ਦੀ ਨਾਲ ਜਦੋਂ ਬੀਜੀ ਸੀ 20 ਦਿਨ 25 ਦਿਨ ਪਹਿਲਾਂ, ਕਿਉਂ ਬੀਜੀ ਸੀ, ਕਿਉਂ ਫੇਰਿਆ ਸੀ ਸੁਹਾਗਾ? ਇੱਕ ਤਾਂ ਜਿਹੜਾ ਬੀਜ ਹੈ ਕਣਕ ਦਾ ਪਾਇਆ, ਜਦੋਂ ਪਰਦੇ ਦੇ ਵਿੱਚ ਰਹਿੰਦਾ ਉਹ ਫਿਰ ਆਉਂਦਾ ਸਾਸ, ਜੇ ਹਵਾ ਲੱਗ ਜੇ ਹੁੰਦਾ ਨਹੀਂ ਬੀਜ ਕਈ ਵਾਰ। ਮਹਾਰਾਜ ਕਹਿੰਦੇ ਨੇ ਨਾਮ ਜਪਣਾ, ਸਿਮਰਨ ਕਰਨਾ, ਸੰਤੋਖ ਦਾ ਸਾਗਰ ਆ ਪੜਦਾ ਪਾ ਦੇਣਾ, ਜਿਵੇਂ ਬੀਜ ਤੇ ਮਿੱਟੀ ਪਾ ਦਿੰਦੇ ਨਾ, ਜਨਾਉਣਾ ਨਹੀਂ। ਦੂਜਾ ਅਰਥ ਸੁਹਾਗੇ ਦਾ, ਜ਼ਿਮੀਂਦਾਰ ਸੁਹਾਗਾ ਮਾਰ ਕੇ ਛੱਡ ਦਿੰਦਾ ਕਿ ਦੂਜੇ ਦਿਨ ਤੀਜੇ ਦਿਨ ਚੌਥੇ ਦਿਨ ਨਿਕਲ ਆਉਂਦੀ ਕਣਕ, ਨਹੀਂ ਨਿਕਲ ਆਉਂਦੀ, ਦੋ ਚਾਰ ਦਿਨਾਂ 'ਚ ਨਹੀਂ ਨਿਕਲਦੀ, ਥੋੜ੍ਹੇ ਦਿਨ ਲੱਗਦੇ ਨੇ। ਉਹ ਸੰਤੋਖ ਰੂਪੀ ਸੁਹਾਗਾ ਸਬਰ ਵੀ ਹੋਏਗੀ ਜ਼ਰੂਰ, ਆਸ ਹੁੰਦੀ ਹੈ ਫਿਰ ਕਣਕ ਪੁੱਟ ਕੇ ਆਉਂਦੀ। ਮਹਾਰਾਜ ਕਹਿੰਦੇ ਨਾਮ ਜਪ ਕੇ, ਸਿਮਰਨ ਕਰਕੇ, ਸੇਵਾ ਕਰਕੇ ਸਬਰ ਰੱਖਣਾ, ਸੰਤੋਖ ਰੱਖਣਾ, ਜ਼ਰੂਰ ਫਲ ਹੋਏਗਾ। ਆ ਜਿਹੜਾ ਇੱਕ ਕਦਮ ਚੱਲਦੇ ਹੈ ਨਾ, ਇਹਦਾ ਜ਼ਰੂਰ ਫਲ ਮਿਲਣਾ, ਬਿਰਥਾ ਨਹੀਂ ਜਾਣਾ। ਸੰਤੋਖ ਸੁਹਾਗਾ ਸਬਰ ਰੱਖਣਾ। ਮਹਾਰਾਜ ਕਹਿੰਦੇ ਅਸੀਂ ਸੁਹਾਗਾ ਵੀ ਮਾਰਿਆ ਨਾਮ ਦਾ ਬੀਜ ਬੀਜ ਕੇ, ਰੱਖ ਗਰੀਬੀ ਵੇਸ, ਅਸੀਂ ਘਰ ਬੈਠੇ ਰਹਿੰਦੇ ਹਾਂ, ਕੋਈ ਕੱਪੜੇ ਵੀ ਚੰਗੇ ਨਹੀਂ ਪਾਉਂਦੇ, ਗਰੀਬੀ ਵੇਸ ਜਿਹਾ ਰੱਖਿਆ ਹੋਇਆ ਸੀ। ਮਤਲਬ ਇੱਥੇ ਇਹ ਨਹੀਂ ਵੀ ਬੰਦਗੀ ਕਰਨ ਵਾਲਾ ਨਵੇਂ ਕੱਪੜੇ ਨਾ ਪਾਵੇ, ਗਰੀਬੀ ਵੇਸ ਇਹ ਵੀ ਨਿਮਰਤਾ 'ਚ ਰਹਿਣਾ ਬੰਦਗੀ ਵਾਲੇ ਨੇ, ਇਹ ਨਹੀਂ ਮੈਂ ਬਹੁਤ ਪਾਠ ਕਰਦਾ, ਮੈਂ ਬਹੁਤ ਬੰਦਗੀ ਕਰਦਾ, ਨਹੀਂ ਨਹੀਂ, ਗਰੀਬੀ ਵੇਸ 'ਚ ਰਹਿਣਾ ਵੀ ਮਹਾਰਾਜ ਜਿਵੇਂ ਕਿਰਪਾ ਕਰਦੇ ਨੇ ਕਰਾ ਲੈਂਦੇ ਨੇ, ਸੱਚੇ ਪਾਤਸ਼ਾਹ ਜਿੰਨਾ ਕੁ ਕਰਾਉਂਦੇ ਨੇ ਕਰ ਲਈਦਾ, ਕਰਦੇ ਬਹੁਤ ਹੁੰਦੇ ਨੇ ਉਹ, ਪਰ ਉਹ ਐਂ ਕਹਿ ਦਿੰਦੇ ਨੇ ਵੀ ਮਾ ਜਿੰਨਾ ਕੁ ਕਰਾਉਂਦੇ ਨੇ ਮਾਰ ਕਰ ਲੈਂਦੇ, ਕਰਦੇ ਬਹੁਤ ਹੁੰਦੇ ਨੇ, ਸਿਮਰਨ ਨਿਤਨੇ ਭਜਨ ਪਾਠ ਬਹੁਤ ਹੁੰਦਾ ਉਹਨਾਂ ਦਾ। ਫਿਰ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਜਿਹੜੇ ਤਨ ਵਿੱਚ ਇਹ ਹੋ ਰਿਹਾ, ਮਨ ਨੂੰ ਹਾਲੀ ਬਣਾਇਆ, ਸ਼ਰਮ ਪਾਣੀ ਦਾ ਲਾਇਆ ਹੋਇਆ, ਸ਼ਰਮ ਰੂਪੀ ਪਾਣੀ, ਨਾਮ ਦਾ ਬੀਜ ਬੀਜਿਆ ਹੋਇਆ, ਸੰਤੋਖ ਰੂਪੀ ਸੁਹਾਗਾ ਫੇਰਿਆ, ਗਰੀਬੀ ਵੇਸ ਰੱਖਿਆ ਹੋਇਆ, ਅੱਗੇ ਕਹਿੰਦੇ ਨੇ ਉਹ ਖੇਤੀ ਜ਼ਰੂਰ ਹਰੀ ਭਰੀ ਪ੍ਰਫੁੱਲਤ ਹੋਏਗੀ। ਅਗਲੀ ਪੰਕਤੀ 'ਚ ਭਾਉ ਕਰਮ ਕਰ ਜਮਸੀ ਸੇ ਘਰ ਭਾਗਠ ਦੇਖ, ਮਹਾਰਾਜ ਕਹਿੰਦੇ ਪ੍ਰੇਮਾ ਰੂਪੀ ਉਹਦੇ 'ਚ ਪ੍ਰੇਮ ਹੈ, ਸ਼ਰਧਾ ਹੈ, ਪ੍ਰੇਮ ਰੂਪੀ ਕਰਮ ਹੈ, ਜਿਵੇਂ ਜ਼ਿਮੀਂਦਾਰ ਗੇੜਾ ਨਹੀਂ ਮਾਰਦਾ ਖੇਤਾਂ 'ਚ, ਮਹਾਰਾਜ ਕਹਿੰਦੇ ਇਸ ਤਰ੍ਹਾਂ ਅਸੀਂ ਪ੍ਰੇਮਾ ਰੂਪੀ ਵਿੱਚ ਗੇੜਾ ਰੱਖਿਆ, ਪ੍ਰੇਮ ਸ਼ਰਧਾ। ਭਾਉ ਕਰਮ, ਉਹ ਭਾਉ ਕਰਮਾਂ ਨਾਲ ਜਿਹੜੇ ਜਿੰਨਾ ਵੀ ਮੈਂ ਕੰਮ ਕੀਤਾ, ਨਾਮ ਦਾ ਬੀਜ, ਸੰਤੋਖ ਸੁਹਾਗਾ, ਸਰਮ ਪਾਣੀ, ਖੇਤ ਬਨ ਹਾਲੀ, ਇਹਨਾਂ ਵਿੱਚ ਪ੍ਰੇਮ ਰੱਖਿਆ, ਭਾਉ ਕਰਮ, ਬਾਣੀ ਪੜ੍ਹਨੀ, ਸੇਵਾ ਕਰਨੀ, ਸੇਵਾ ਸਿਮਰਨ ਕਰਨਾ, ਅੰਮ੍ਰਿਤ ਵੇਲੇ ਉੱਠਣਾ, ਇਹਦੇ 'ਚ ਪ੍ਰੇਮ ਹੋਣਾ ਬਹੁਤ ਜ਼ਰੂਰੀ ਹੈ, ਉਹ ਫਿਰ ਕਈ ਗੁਣਾ ਹੋ ਕੇ ਪ੍ਰਫੁੱਲਤ ਹੁੰਦੇ। ਮਹਾਰਾਜ ਬਾਣੀ 'ਚ ਕਹਿੰਦੇ ਨੇ ਭਾਉ ਕਰਮ ਕਰ ਜਮਸੀ ਸੇ ਕਰ ਭਾਗਠ ਦੇਖ, ਮਹਾਰਾਜ ਕਹਿੰਦੇ ਉਹ ਘਰ ਭਰੇ ਹੋਏ ਦੇਖੇ ਨੇ ਸੀ, ਜਿਹੜੇ ਘਰਾਂ ਵਿੱਚ ਬਾਣੀ ਦਾ ਪਾਠ ਅੱਜ ਵੀ ਹੁੰਦਾ ਨਾ ਸਤਸੰਗ ਜੀ, ਉਹ ਘਰ ਭਾਗਾਂ ਵਾਲੇ ਨੇ, ਸੇ ਘਰ ਭਾਗਠ ਦੇਖ, ਭਾਗਠ ਭਾਗਾਂ ਵਾਲੇ ਨੇ, ਜਿੱਥੇ ਬਾਣੀ ਪੜੀ ਜਾਂਦੀ ਹੈ, ਉਹ ਘਰ ਭਾਗਾਂ ਵਾਲੇ ਨੇ, ਘਰ ਭਾਗਾਂ ਵਾਲੇ ਨੇ, ਜਿੱਥੇ ਬੈਠ ਪਾਣੀ ਪੜਦੇ ਉਹ ਘਰ ਭਾਗਾਂ, ਘਰ ਭਾਗਾਂ ਵਾਲੇ ਨੇ, ਜਿੱਥ ਬੈਠ ਬਾਣੀ ਪੜਦੇ ਭਾਗਾਂ, ਜਿੱਥ ਬੈਠ ਬਾਣੀ, ਭਾਉ ਕਰਮ ਕਰ ਜਮਸੀ ਸੇ ਘਰ ਭਾਗਟ ਦੇ, ਉਹ ਘਰ ਭਾਗਾਂ ਵਾਲੇ ਨੇ ਦੇਖੇ ਗਏ ਨੇ। ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਦੇ ਪਿਤਾ ਕਹਿੰਦੇ ਨੇ ਮੈਂ ਤਾਂ ਦੁਨਿਆਵੀ ਮਾਇਆ ਦੀ ਗੱਲ ਕੀਤੀ,
इन माया जग मोहया बाबा ये माया जग मोहया विरला बूझे कोई ये माया ने ते फिर मोहया होया है ये माया मोहनी सत्संग जी ये मोहनी माया ने ता मोहया होया ये कृष्णा रूपी माया ने ऐसा मोहया ऐसा माया अमर वरताया लिव छुड़की लगी तृष्णा माया अमर वरता ऐसा माया ने जाल पा दिता है बंदे नू रब वाले पासे जान ही नहीं देंदी ये माया जग मोहया ये माया ने मोह लिया संसार नू तां करके इधर जुड़ नहीं देंदी गुरु घर वाले पासे बाणी वाले पासे नाम वाले पासे लगन नहीं देंदी संत बाबा ईश्वर सिंह महाराज राड़ा साहब वाले धारना पढ़ दे ए माया मोनी मोनी ने माया मोनी मोनी ने मोले जग जी सारा ए माया मोनी माया मोनी मोनी ने मोले जग जी बाबा माया साथ न होए इन माया जग मोया विरला बूझे कहिंदे चल खेती नहीं करनी फिर तू इंज कर हट कर लै हाण हट कर आरजा मार कहिंदे उह तां असीं कीती हुई है रावला दी आरजा हट हट्टी बनाई हुई उमरा रूपी ते पांड साल जिहड़ियां बिरतियां सुरत दियां बिरतियां नूं भांडे दुकान च रखे ने जिहड़ा नाम जपना है वह असी भांडवां विच वस्तु पाई हुई है ते मुनाफा सानू लाहा हो रहा है नाम दा लाहा अगली जिहड़ियां पंक्तियां होंदियां ने शब्दियां फिर वह हाण हट कर आरजा मारे कह रहे ने भी असी हट्टी भी कीती हुई है फिर कहिंदे जे नहीं हट्टी करनी पलिया कल्याणदास जी कहिंदे ने पिता कल्याण फिर घोड़ियां दा व्यापार ही कर लै अगली पंक्ति च मारक ने सुन शास्त्र सौदागरी सत घोड़े ले चल मार कहने असी तां घोड़े सत दे कीते होए सच बोलना घोड़े कीते होए जिहड़ा नाम दा व्यापार करना इह सौदागरी कीती होई फिर महाराज दे पिता कहिंदे ने फिर चाकरी कर लै लास्ट शब्द विच कहिंदे ने असी चाकरी भी कीती होई रब दे नाम दे नाल जुड़े हां सदा वास्ते सदा ही उहदे विच नींद रहिंदे हां इह चाकरी कीती होई खैर उस तो बाद फिर गुरु नानक देव महाराज चुप हो गए कदी चादर उत्ते पा लेंदे ने कदी लम्मे पै जांदे ने बोलदे ने जन्म साखी कहिंदी महाराज खांदे भी कुछ नहीं तन कमजोर हो गया सुकन लग गया महाराज दा तन खीन हो गया तन जन्म साखी च खीन लिखिया खीन मतलब कमजोर वीक हो गया लिस्सा हो गया रंग पीला हो गया चेहरे का हुण माता नूं चिंता बड़ी हुंदी है वेख नहीं सकदी पुत्तर दा दुख बड़ी दुखी होई माता त्रिपता फिर कहिंदी पिता कल्याणदास नूं कोई इधर ख्याल दो रंग पीला हो गया है तन खीन हो गया है कमजोर हो गया लिस्सा हो गया इको एक पुत्र है की करांगे असीं कुछ खांदा नहीं पींदा नहीं बोलदा नहीं होर हो गया नवा जिहड़ा कोई आउंदा है उहनूं अणपछाता समझदा वी जिवें किसे नूं कोई देखिया नहीं हुंदा आइंदा चाचा आया इहनां चाचे नूं नहीं पछाणिया उहनें कहा मैं तेरा चाचा उह चाचे नूं लालू चंद जी नूं पछाणिया की हो गया लाल नूं खांदे नहीं पींदे नहीं कुछ बोलदे नहीं कोई पछाण नहीं रही इहनां नूं कुछ लोकां ने वी कहा जिवें लोग कही दिंदे हुंदे ने इहनूं लगदा कोई उपरी उपरी हो गई है कोई सियाणा सुने इहनूं बुलाउणा चाहीदा उह सतसंग जी उस वक्त जिहड़ा वैद सी कईआं सियाणिआं ने फिर दस्सिआ वी चलो इह चक्करां च ना तुसीं पओ
ਸਿਆਣੇ ਤਾਂ ਐਵੇਂ ਘਰ ਵੀ ਬਰਬਾਦ ਕਰ ਦਿੰਦੇ ਨੇ, ਹੁੰਦਾ ਕੁਛ ਨਹੀਂ ਹੈ, ਐਵੇਂ ਪਰਿਵਾਰਾਂ ਨੂੰ ਰਲਾ ਰਲਾ ਕੇ ਮਾਰੀ ਜਾਂਦੇ ਹੁੰਦੇ। ਆਹ ਤੁਹਾਡੇ ਸਰੀਕੇ ਨੇ ਕੀਤਾ ਹੋਇਆ। ਬਸ ਇਹੀ ਦੋ ਗੱਲਾਂ ਨੇ, ਬੜੀ ਤਕੜੀ ਚੀਜ਼ ਹੈ, ਇੱਕ ਤੁਹਾਡਿਆਂ ਨੇ ਕੀਤੇ, ਦੋ ਗੱਲਾਂ ਮਿਲਣਗੀਆਂ ਇਹਨਾਂ ਕੋਲ, ਹੋਰ ਤੀਜੀ ਗੱਲ ਹੀ ਨਹੀਂ ਹੁੰਦੀ ਇਹਨਾਂ ਕੋਲ। ਕੁਛ ਨਹੀਂ ਹੁੰਦਾ, ਐਵੇਂ ਲੜਾ ਲੜਾ ਕੇ ਪਰਿਵਾਰਾਂ ਨੂੰ ਮਾਰਾ ਦਿੰਦੇ ਨੇ ਆਪਸ। ਸਿਆਣੇ ਵੀ ਤਾਂ ਹੀ ਹੁੰਦੇ ਨੇ, ਆਪਾਂ ਬੇਸਮਝ ਹੁੰਦੇ, ਆਪਾਂ ਉਹਨਾਂ ਦੀ ਗੱਲਾਂ 'ਚ ਆ ਜਾਂਦੇ, ਨਾ ਆਇਆ ਕਰੋ। ਸਭ ਤੋਂ ਵੱਡਾ ਸਿਆਣਾ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਗ੍ਰੰਥ ਸਾਹਿਬ ਮਹਾਰਾਜ। ਜਪਜੀ ਸਾਹਿਬ ਦਾ ਪਾਠ ਪੜ੍ਹੋ, ਸੁਖਮਨੀ ਸਾਹਿਬ ਦਾ ਪਾਠ ਕਰੋ ਘਰ ਵਿੱਚ, ਗੁਰੂ ਮਹਾਰਾਜ ਦੀ ਕਿਰਪਾ ਹੋ ਜਾਣੀ ਆਪਣੇ ਆਪ। ਇਸ ਕਰਕੇ ਅੱਜ ਲੋਕਾਂ ਨੂੰ ਬੜਾ ਗੁੰਮਰਾਹ ਕੀਤਾ ਜਾ ਰਿਹਾ, ਲੁੱਟਿਆ ਜਾ ਰਿਹਾ ਸਤਸੰਗ ਜੀ, ਅਤੇ ਲੋਕ ਪੜ੍ਹੇ ਲਿਖੇ ਸੂਝਵਾਨ ਲੁੱਟ ਰਹੇ ਨੇ, ਉਹ ਠੱਗੀ ਵਿੱਚ ਆ ਰਹੇ ਨੇ, ਲੁੱਟੇ ਜਾ ਰਹੇ ਨੇ। ਇਸ ਕਰਕੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਇਸ ਤਰ੍ਹਾਂ ਬੋਲਦੇ ਨਹੀਂ, ਤੇ ਕੁਛ ਪਿੰਡ ਦੇ ਸਿਆਣਿਆਂ ਨੇ ਕਿਹਾ, ਕਲਿਆਣ ਦਾਸ ਜੀ ਕਿਸੇ ਵੈਦ ਹਕੀਮ ਨੂੰ ਹੀ ਸੱਦ ਲਓ, ਵਧੀਆ ਨੂੰ, ਕਿਤੇ ਉਹ ਹੀ ਦੱਸ ਦੇ ਕੁਛ। ਕਹਿੰਦੇ ਠੀਕ ਹੈ। ਹਰਦਾਸ ਵੈਦ ਸੀ ਉਸ ਵਕਤ, ਬੜਾ ਮਾਹਿਰ ਸੀ, ਬੜਾ ਪਹੁੰਚਿਆ ਹੋਇਆ ਹਰਦਾਸ। ਪਿਤਾ ਕਲਿਆਣ ਦਾਸ ਜੀ ਹਰਦਾਸ ਵੈਦ ਨੂੰ ਬੁਲਾ ਕੇ ਲਿਆਏ। ਗੁਰੂ ਨਾਨਕ ਦੇਵ ਮਹਾਰਾਜ ਨੇ ਬਾਣੀ 'ਚ ਸਲੋਕ ਮਹੱਲਾ ਪਹਿਲਾ ਲਿਖਿਆ ਕਿ ਮੇਰੇ ਪਿਤਾ ਜੀ ਵੈਦ ਨੂੰ ਬੁਲਾ ਕੇ ਲਿਆਏ। ਵੈਦ ਬੁਲਾਇਆ ਵੈਦਗੀ, ਪਕੜ ਟੰਡੋਲੇ ਬਾਂ, ਭੋਲਾ ਵੈਦ ਨਾ ਜਾਣੀ ਕਰਕ ਕਰੇਜੇ ਬਾਂ। ਜਦੋਂ ਪਿਤਾ ਕਲਿਆਣ ਦਾਸ ਜੀ ਲੈ ਕੇ ਆਏ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਸ਼ਬਦ ਪੜ੍ਹਦੇ ਨੇ, ਵੈਦ ਬੁਲਾਇਆ ਵੈਦਗੀ, ਵੈਦ ਬੁਲਾਇਆ ਵੈਦਗੀ, ਪਕੜ ਟੰਡੋਲੇ ਬਾਹਾਂ, ਵੈਦ ਬੁਲਾਇਆ ਵੈਦ ਬੁਲਾਇਆ ਵੈਦਗੀ, ਪਕੜ ਨਾੜੀ ਤੇ ਰੱਖਦੇ ਨੇ, ਕੱਪ ਪਿੱਤਾ ਵਾਏ, ਤਿੰਨਾਂ 'ਚ ਦੋਸ਼ ਹੁੰਦਾ, ਜਾਂ ਕੱਪ 'ਚ ਹੋਏਗਾ, ਜਾਂ ਵਾਏ, ਜਾਂ ਪਿੱਤੇ, ਜਾਂ ਖਾਣ ਪੀਣ ਵਿਗੜਿਆ, ਜਾਂ ਕੋਈ ਫਿਰ ਰਹਿਣਾ ਸਹਿਣਾ ਵਿਗੜਿਆ, ਵਾਤਾਵਰਨ 'ਚ ਫਰਕ ਪਿਆ, ਕੱਪ ਪਿੱਤਾ ਵਾਏ। ਜਿਹੜੇ ਵੈਦ ਲੋਕ ਸੀ ਨਾ ਸਤਸੰਗ ਜੀ, ਉਹ ਕਈ ਵਾਰ ਬਿਨਾਂ ਦਵਾਈ ਤੋਂ ਵੀ ਠੀਕ ਕਰ ਦਿੰਦੇ ਸੀ। ਉਹ ਕਹਿੰਦੇ ਇਹਨੇ ਵਾਏ ਵਿੱਚ ਦੋਸ਼ ਹੈ, ਤੇ ਇਹਦਾ ਨਾ ਤਵਾ ਜਾਣ ਜਿਹੜਾ ਵਿਗੜਿਆ ਹੋਇਆ, ਥੋੜ੍ਹੀ ਜਿਹੀ ਸੈਰ ਕਰਿਆ ਕਰ, ਸੈੱਟ ਹੋ ਜਾਏਗਾ। ਐਂ ਸੈੱਟ ਹੋ ਜਾਂਦੇ ਸੀ। ਕੱਪ ਪਿੱਤਾ ਵਾਏ, ਕੱਪ ਵਿੱਚ ਦੋਸ਼ ਹੋਣਾ, ਦੱਸ ਦੇਣਾ ਤੂੰ ਫਲਾਣੀ ਚੀਜ਼ ਇਸ ਤਰ੍ਹਾਂ ਥੋੜ੍ਹੀ ਜਿਹੀ ਹਲਦੀ ਜਾਂ ਇਸ ਤਰ੍ਹਾਂ ਦੁੱਧ ਵਿੱਚ ਪਾ, ਕੱਪ ਤੇਰਾ ਠੀਕ ਹੋ। ਪਿੱਤੇ ਵਿੱਚ ਦੋਸ਼ ਹੋਣਾ, ਵੈਸਾ ਦੱਸ ਦੇਣਾ ਘਰ ਦੀ, ਇਸ ਤਰ੍ਹਾਂ ਦੀ ਵੈਦਗੀ ਹੁੰਦੀ ਹੁੰਦੀ ਸੀ। ਬਸ ਨਬਜ਼ ਤੇ ਰੱਖ ਕੇ ਤਿੰਨ ਉਂਗਲਾਂ ਉਹ ਦੱਸ ਦਿੰਦੇ ਸੀ, ਕੱਪ ਪਿੱਤਾ ਵਾਏ, ਤਿੰਨਾਂ 'ਚ ਹੀ ਹੁੰਦਾ, ਤਿੰਨਾਂ ਵਿੱਚ ਪਤਾ ਲੱਗ ਜਾਂਦਾ ਸਾਰੇ ਸਰੀਰ ਦੀ ਹਰਕਤ। ਵੇਖੋ ਅੱਜ ਦੀਆਂ ਮਸ਼ੀਨਾਂ ਵੀ ਫੇਲ ਨੇ, ਕਈ ਵਾਰ ਰਿਪੋਰਟ ਵੀ ਗਲਤ ਆ ਜਾਂਦੀ ਸਤਸੰਗ, ਕਿਸੇ ਵਧੀਆ ਮਸ਼ੀਨ 'ਤੇ ਡਾਕਟਰ ਕੋਲ ਕਰਾਓ, ਨੈਗੇਟਿਵ ਰਿਪੋਰਟ ਆ ਜਾਂਦੀ। ਇਹ ਐਵੇਂ ਉਹ ਬਾਰ ਬਾਰ ਕਰੋਨਾ ਚੈੱਕ ਕਰੀ ਜਾਂਦੀਆਂ ਮਸ਼ੀਨਾਂ ਸਰਕਾਰੀ, ਉਹ ਜਿਹਨੂੰ ਨਹੀਂ ਵੀ ਹੁੰਦਾ ਉਹਨੂੰ ਵੀ ਆ ਜਾਂਦਾ। ਮਸ਼ੀਨਾਂ ਚੇਂਜ ਨਹੀਂ ਕਰਦੇ, ਬਾਰ ਬਾਰ ਉਹਦੇ 'ਚ ਇਸਤੇਮਾਲ ਕਰੀ ਜਾਂਦੇ ਸੀ, ਜਿਸਨੂੰ ਹੋਇਆ ਹੁੰਦਾ ਉਹ ਵੀ ਵਿੱਚ ਲੱਛਣ ਲੱਗ ਜਾਂਦੇ ਸੀ, ਸ਼ੋ ਹੋ ਜਾਂਦਾ ਸੀ, ਅਤੇ ਜਦੋਂ ਹੋਰ ਰਿਪੋਰਟ ਕਰਾਉਂਦੇ ਸੀ ਉਹ ਨੈਗੇਟਿਵ ਆ ਜਾਂਦੀ ਸੀ ਰਿਪੋਰਟ। ਇਹ ਮਸ਼ੀਨਾਂ ਵੀ ਕਈ ਵਾਰ ਗਲਤ ਹੋ ਜਾਂਦੀਆਂ, ਪਰ ਉਹ ਵੈਦਗੀ ਜਿਹੜੀ ਸੀ ਇੰਨੀ ਜ਼ਿਆਦਾ ਮਾਹਿਰ ਹੁੰਦੀ ਸੀ,
ਬਿਲਕੁਲ ਸੱਚ ਹੁੰਦੀ ਸੀ ਵੈਦਗੀ। ਦੱਸ ਦਿੱਤਾ ਦੋਸ਼ ਤਾਂ ਕੋਈ ਵੀ ਨਹੀਂ, ਦੋਸ਼ ਨਹੀਂ ਹੈ। ਵੈਸੇ ਸੰਤ ਸਿੰਘ ਮਸਕੀਨ ਜੀ ਨੇ ਨਾ ਬੜੀ ਡੂੰਘੀ ਵਿਚਾਰ ਕੀਤੀ ਹੈ, ਕਹਿੰਦੇ ਇੱਕ ਤਾਂ ਤਿੰਨ ਨੇ ਇਹਨਾਂ ਵਿੱਚ ਦੋਸ਼ ਪਤਾ ਲੱਗ ਜਾਂਦਾ ਸਰੀਰ ਦਾ। ਇੱਕ ਸਰੀਰ ਦੇ ਪੰਜ ਸਰੀਰ ਹੁੰਦੇ ਨੇ, ਅੰਨਮਈ, ਮਨਮਈ, ਆਨੰਦਮਈ, ਵਿਗਿਆਨਮਈ ਕੋਸ਼, ਅੰਨਮਈ ਕੋਸ਼। ਇਹਦੇ ਅੰਨਮਈ ਕੋਸ਼ 'ਚ ਦੋਸ਼ ਹੈ ਜਾਂ ਮਨਮਈ ਜਾਂ ਵਿਗਿਆਨਮਈ ਜਾਂ ਆਨੰਦਮਈ। ਸਰੀਰ ਦੇ ਨਾ ਪੰਜ ਪਰਤਾਂ ਨੇ ਆਪਣੇ ਸਰੀਰ ਦੀ, ਵਿਗਿਆਨਿਕ ਵੀ ਅਨੁਸਾਰ ਵਿਗਿਆਨ ਵੀ ਮੰਨਦੀ ਇਹਨੂੰ, ਸਾਇੰਸ ਵੀ, ਪਰ ਆਚਾਰਿਆ ਵੀ ਮੰਨਦੇ ਹੁੰਦੇ ਸੀ ਵੈਦ ਵੀ। ਉਹ ਕਹਿੰਦੇ ਉੱਪਰੀ ਪਰਤ ਵਿੱਚ ਇਹਦਾ ਦੋਸ਼ ਹੈ ਤਾਂ ਕੁਛ ਇਸ ਤਰ੍ਹਾਂ ਠੀਕ ਹੋ ਜਾਏਗਾ, ਦੂਜੀ ਸਰੀਰ ਦੀ ਪਰਤ ਵਿੱਚ ਦੋਸ਼ ਹੈ ਇਸ ਤਰ੍ਹਾਂ ਠੀਕ ਹੋ ਜਾਏਗਾ ਵੈਦਗੀ। ਗੁਰੂ ਨਾਨਕ ਦੇਵ ਮਹਾਰਾਜ ਨੇ ਜਦੋਂ ਬਾਂਹ ਫੜੀ ਨਾ ਵੈਦ ਨੇ, ਸੱਚੇ ਪਾਤਸ਼ਾਹ ਕਹਿੰਦੇ ਭੋਲਾ ਵੈਦ ਨਾ ਜਾਣੀ ਕਰਕ ਕਰੇ ਜੇ ਮਾਹ। ਸੱਚੇ ਪਾਤਸ਼ਾਹ ਨੇ ਖਿੱਚ ਕੇ ਬਾਂਹ ਚੜਾ ਲਈ, ਕਹਿੰਦਾ ਉਹ ਵੈਦਾ ਤੈਨੂੰ ਕੋਈ ਪਤਾ ਵੀ ਵੈਦਗੀ ਦਾ? ਤੈਨੂੰ ਕੁਛ ਪਤਾ ਨਹੀਂ ਹੈ, ਤੈਨੂੰ ਵੈਦ ਰੋਗ ਦਾ ਪਤਾ ਨਾ ਕੋਈ, ਵੈਦਾ ਮੇਰੀ ਬਾਂਹ ਛੱਡ ਦੇ ਤੈਨੂੰ ਰੋਗ ਦਾ ਪਤਾ ਨਾ, ਵੈਦਾ ਮੇਰੀ ਬਾਂਹ ਛੱਡ ਦੇ। ਤੈਨੂੰ ਰੋਗ ਦਾ ਪਤਾ ਨਾ ਕੋਈ, ਵੈਦਾ ਮੇਰੀ ਬਾਂਹ ਛੱਡ ਦੇ ਤੈਨੂੰ ਰੋਗ ਦਾ ਪਤਾ ਨਾ ਕੋਈ, ਵੈਦਾ ਮੇਰੀ ਬਾਂਹ ਛੱਡ ਦੇ। ਓ ਵੈਦਾ ਮੇਰੀ, ਵੈਦ ਬੁਲਾਇਆ ਵੈਦਗੀ, ਭੋਲਾ ਵੈਦ ਨ ਜਾਣੀ ਕਰਕ ਕਰੇ ਜੇ। ਮਹਾਰਾਜ ਕਹਿੰਦੇ ਉਹ ਭੋਲਿਆ ਵੈਦਾ ਤੈਨੂੰ ਕੀ ਪਤਾ ਹੈ, ਤੈਨੂੰ ਕੋਈ ਪਤਾ ਨਹੀਂ ਰੋਗ ਦਾ। ਇੱਕ ਦਸ ਵੈਦ ਜਿਹੜਾ ਆਪ ਰੋਗੀ ਹੋਵੇ ਕਿਸੇ ਦਾ ਰੋਗ ਦੂਰ ਕਰ ਸਕਦਾ? ਕਹਿੰਦੇ ਨਾ ਜੀ ਮਹਾਰਾਜ, ਉਹ ਕਿਵੇਂ ਕਰੇਗਾ, ਉਹ ਤਾਂ ਆਪ ਰੋਗੀ। ਕਹਿੰਦੇ ਤੂੰ ਆਪ ਰੋਗੀ ਹੈ ਤੇ ਰੋਗ ਮੇਰਾ ਲੱਭ ਰਹੇ, ਕੋਈ ਕੱਪ ਵਿੱਤੇ ਵਾਏ ਤੇ ਰੋਗ ਹੈ? ਕਹਿੰਦੇ ਨਾ ਮਹਾਰਾਜ, ਕੋਈ ਨਹੀਂ, ਤੈਨੂੰ ਰੋਗ ਦਾ ਪਤਾ ਵੀ ਕੋਈ ਨਹੀਂ ਹੈ। ਜਿਹੜਾ ਸੱਚੇ ਪਰਮਾਤਮਾ ਦੇ ਨਾਲ ਸਵੈ ਸਰੂਪ ਵਿੱਚ ਸੀ ਮਗਨ, ਪਤਾ ਵੀ ਨਹੀਂ ਤੈਨੂੰ ਲੱਗ ਸਕਦਾ। ਤੂੰ ਤਾਂ ਆਪ ਬਿਮਾਰ ਹੈ ਤੇ ਠੀਕ ਕੀ ਕਰੇਗਾ ਸਾਨੂੰ? ਕਹਿੰਦਾ ਮਹਾਰਾਜ, ਮੈਂ ਤਾਂ ਤੰਦਰੁਸਤ ਹਾਂ, ਮੈਨੂੰ ਕੀ ਹੋਇਆ, ਮੇਰੇ ਹੱਥ ਪੈਰ ਸਭ ਕੁਛ ਠੀਕ ਨੇ, ਸਰੀਰ ਵਧੀਆ। ਮਹਾਰਾਜ ਕਹਿੰਦੇ ਜਿਹੜੇ ਰੋਗ ਦਾ ਸੀ ਗੱਲ ਕਰਦੇ ਆ ਨਾ, ਉਹਦੇ ਤੇ ਜਾਣੂ ਤੁਸੀਂ, ਤੂੰ ਵੀ ਨਹੀਂ ਹੈ ਜਿਹੜਾ ਤੈਨੂੰ ਰੋਗ ਲੱਗਾ ਹੈ। ਸਰੀਰ ਦਾ ਰੋਗ ਤਾਂ ਤੇਰੀ ਦਵਾਈ ਬੂਟੀ ਠੀਕ ਕਰ ਦੇਗੀ, ਪਰ ਜਿਹੜਾ ਰੋਗ ਤੈਨੂੰ ਲੱਗਾ ਹੋਇਆ ਨਾ, ਇਹ ਦੁਨਿਆਵੀ ਦਵਾਈ ਬੂਟੀ ਵੀ ਕੋਈ ਠੀਕ ਨਹੀਂ ਕਰ ਸਕਦੀ। ਕਹਿੰਦਾ ਮਹਾਰਾਜ, ਮੈਨੂੰ ਉਹ ਰੋਗ ਕਿਹੜਾ ਲੱਗਾ? ਮਹਾਰਾਜ ਕਹਿੰਦੇ ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਲਿਆ, ਹੋਂ ਵਿੱਚ ਦਾ ਹੀ ਸਾਰਾ ਝਗੜਾ ਹੈ। ਤੇਰੇ ਅੰਦਰ ਹੋਮੇ ਦਾ ਬੜਾ ਵੱਡਾ ਰੋਗ ਹੈ, ਹੋਮੇ ਬੜੀ ਹੈ ਤੇਰੇ ਵਿੱਚ। ਸਤ ਸੰਜੀ, ਜਦੋਂ ਹੋਮੇ ਜਾਏਗੀ ਤਾਂ ਬੰਦੇ ਨੂੰ ਮੁਕਤ ਮਿਲਦੀ ਹੈ। ਜਿਹਦੇ ਤੱਕ ਹੋਮੇ ਨਹੀਂ, ਬਾਣੀ ਹੋਮੇ ਕੱਢਦੀ ਹੈ, ਜੋੜੇ ਝਾੜਦੇ ਆ ਹੋਮੇ ਕੱਢਣ ਵਾਸਤੇ,
ਭਾਂਡੇ ਮਾਂਜਦੇ ਸੇਵਾ ਕਰਦੇ ਹਉਮੈ ਕੱਢਣ ਵਾਸਤੇ। ਜੇ ਹਉਮੈ ਉਵੇਂ ਬਰਕਰਾਰ ਹੈ ਫਿਰ ਕੋਈ ਫਰਕ ਨਹੀਂ ਪਿਆ, ਫਿਰ ਅਸਰ ਨਹੀਂ ਹੋਇਆ ਕੋਈ ਬਾਣੀ ਦਾ ਜੇ ਸੇਵਾ ਦਾ। ਜਿੰਨੇ ਵੀ ਅਸੀਂ ਕੰਮ ਪ੍ਰਸ਼ਾਰਤ ਕਰਦੇ ਹਾਂ ਹਉਮੈ ਨੂੰ ਕੱਢਣ ਵਾਸਤੇ, ਇਹ ਜਿੰਨਾ ਝਗੜਾ ਹੈ ਜੰਮਣ ਮਰਨ ਦਾ ਹਉਮੈ ਵੀ ਹਉਮੈ ਕਰਕੇ। ਮਹਾਰਾਜ ਕਹਿੰਦੇ ਜਿਹੜਾ ਜੰਮਣ ਮਰਨ ਦਾ ਦੁੱਖ ਹੈ ਇਹ ਤੇਰਾ ਹਉਮੈ ਕਰਕੇ ਹੈ। ਹਉਂ ਵਿੱਚ ਜੰਮਿਆ, ਹਉਂ ਵਿੱਚ ਲਿਆ, ਹਉਂ ਵਿੱਚ ਮੂਆ, ਹਉਂ ਵਿੱਚ ਦਿੱਤਾ, ਹਉਂ ਵਿੱਚ ਲਿਆ, ਇਹ ਹਉਮੈ ਵਿੱਚ ਹੀ ਸਾਰਾ ਕੁਝ। ਹਉਂ ਵਿੱਚ ਆਉਂਦਾ, ਹਉਂ ਵਿੱਚ ਜਾਂਦਾ ਹੈ, ਹਉਂ ਵਿੱਚ ਜੰਮਦਾ, ਹਉਂ ਵਿੱਚ ਮਰਦਾ ਹੈ। ਇਸ ਕਰਕੇ ਜਦ ਤੱਕ ਹਉਮੈ ਨਹੀਂ ਜਾਂਦੀ ਉਦੋਂ ਤੱਕ ਕਹਿੰਦਾ ਹਉਮੈ ਦਾ ਰੂਪ, ਉਦੋਂ ਤੱਕ ਕਹਿੰਦੀ ਮੈਨੂੰ ਮੁਕਤੀ ਦੀ ਦਾਤ ਪ੍ਰਾਪਤ ਨਹੀਂ ਹੁੰਦੀ। ਮਹਾਰਾਜ ਆਸਾ ਦੀ ਵਾਰ ਦੀ ਪਾਵਨ ਬਾਣੀ ਵਿੱਚ ਕਹਿੰਦੇ ਨੇ ਇਹ ਰੋਗ ਕਰਕੇ ਬੰਦੇ ਨੂੰ 84 ਵੀ ਭੋਗਣੀ ਪੈਂਦੀ ਹੈ। ਜੰਮਦਾ ਤੇ ਮਰਦਾ ਹਉਮੈ ਦਾ ਬੰਨਿਆ ਹੋਇਆ, ਜੰਮਦਾ ਤੇ ਮਰਦਾ ਹੈ ਹਉਮੈ ਦਾ ਬੰਨਿਆ ਹੋਇਆ, ਹਉਮੈ ਦਾ ਬੰਨਿਆ ਹੋਇਆ, ਜੰਮਦਾ ਹਉਮੈ ਦਾ ਹੀ ਸਾਰਾ ਝਗੜਾ। ਜੰਮਣ ਮਰਨ ਵੀ ਹਉਮੈ ਕਰਕੇ ਹੀ, ਪਰ ਇਹ ਹਉਮੈ ਦਾ ਰੋਗ ਮਹਾਰਾਜ ਜਾਏਗਾ ਕਿਵੇਂ, ਮੇਰਾ ਜੰਮਣ ਮਰਨ ਕੱਟਿਆ ਕਿਵੇਂ ਜਾਵੇਗਾ, ਕਿਰਪਾ ਕਰੋ ਦੱਸੋ ਮੇਰਾ ਜੰਮਣ ਮਰਨ ਕੱਟੋ। ਵੇਖੋ ਜਿਹੜਾ ਰੋਗ ਠੀਕ ਕਰਨਾ ਹੈ ਗੁਰੂ ਨਾਨਕ ਦਾ ਵੈਦ, ਉਹ ਆਪ ਰੋਗੀ ਆਪਣਾ ਇਲਾਜ ਕਰਾ ਰਿਹਾ ਗੁਰੂ ਨਾਨਕ ਤੋਂ। ਪੰਧ ਆਇਆ ਪਾਂਧੇ ਨੂੰ ਪੜ੍ਹ ਕੇ ਨਿਹਾਲ ਕਰ ਗੋਪਾਲ, ਮੁੱਲਾ ਆਇਆ ਮੁੱਲੇ ਨੂੰ ਫਾਰਸੀ 'ਚ ਬਾਣੀ ਉਚਾਰ ਕੇ ਨਿਹਾਲ, ਪ੍ਰੋਤ ਆਇਆ ਜਨੇਊ ਪਾਣ ਉਹਨੂੰ ਨਿਹਾਲ ਕਰਤਾ, ਕਿਹੜਾ ਜਨੇਊ, ਜੇ ਜਨੇਊ ਹੈ ਤਾਂ ਗੱਲ ਕਹਿੰਦੇ ਮਹਾਰਾਜ ਮੈਂ ਤਾਂ ਸੁਣਿਆ ਹੀ ਪਹਿਲੀ ਵਾਰ ਇਹ ਜਨੇਊ, ਮੈਨੂੰ ਤਾਂ ਪਤਾ ਹੀ ਅੱਜ ਲੱਗਾ ਵੀ ਦਇਆ ਸੰਤੋਖ ਵਾਲਾ ਜਨੇਊ ਹੁੰਦਾ। ਮਹਾਰਾਜ ਕਹਿੰਦੇ ਫਲ ਤਾਂ ਉਹਦੇ ਨਾਲ ਹੀ ਮਿਲਣਾ। ਹੁਣ ਅੱਜ ਹਰਦਾਸ ਵੈਦ ਨੂੰ ਨਿਹਾਲ ਕਰਦੇ ਪਏ ਨੇ, ਹਰਦਾਸ ਵੈਦ ਦਾ ਇਲਾਜ ਕਰ ਰਹੇ ਨੇ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ। ਮਹਾਰਾਜ ਮੇਰਾ ਇਲਾਜ ਕਰੋ, ਮੈਨੂੰ ਹਉਮੈ ਦੇ ਬੰਧਨਾਂ ਤੋਂ ਛੁਟਕਾਰਾ ਦਿਵਾਓ, ਹਉਮੈ ਦੇ ਬੰਧਨ ਕੱਟ ਦਿਓ ਮੇਰੇ। ਹਉਮੈ ਕਿਵੇਂ ਦੂਰ ਹੁੰਦੀ ਹੈ ਦੱਸੋ, ਗੁਰੂ ਗ੍ਰੰਥ ਸਾਹਿਬ ਆਪ ਨੂੰ ਪੁੱਛ ਲਓ ਹਉਮੈ ਦੂਰ ਕਿਵੇਂ ਜਾਂਦੀ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ। ਭਾਈ ਗੁਰਦਾਸ ਜੀ ਵਾਹਿਗੁਰੂ ਗੁਰਮੰਤਰ ਜਪ ਕੇ, ਵਾਹਿਗੁਰੂ ਦਾ ਨਾਮ ਜਪ ਕੇ, ਸਿਮਰਨ ਕਰਕੇ, ਅਭਿਆਸ ਕਰਕੇ ਹਉਮੈ ਦਾ ਰੋਗ ਦੂਰ ਹੋ ਜਾਂਦਾ। ਵਾਹਿਗੁਰੂ ਦਾ ਨਾਮ ਜੰਮਣ ਮਨ ਤੋਂ ਮੁਕਤ ਕਰ ਦਿੰਦਾ, ਸਾਫ਼ ਕਰ ਦਿੰਦਾ ਬਿਲਕੁਲ। ਹਉਮੈ ਨੂੰ ਖੋਈ ਦਾ ਵਾਹਿਗੁਰੂ ਮੰਤਰ ਜਪ ਕੇ, ਹਉਮੈ ਨੂੰ ਖੋਈ ਦਾ ਵਾਹਿਗੁਰੂ ਮੰਤਰ ਜਪ ਕੇ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ। ਇਲਾਜ ਕਰਦਾ ਵੈ ਹਰਦਾਸ ਵੈ ਦਾ, ਉਹਦਾ ਹੀ ਭਲਾ ਕਰਦਾ ਗੁਰੂ ਨਾਨਕ ਦੇ। ਇਸ ਤੋਂ ਅੱਗੇ ਕੱਲ ਦੀ ਕਥਾ ਸੱਚੇ ਸੌਦੇ ਦੀ ਚੱਲ ਜਾਏਗੀ। ਫਿਰ ਜਿਹੜੇ ਮਹਾਰਾਜ ਵੀ ਰਜਤ ਪਾਣ ਲੈ ਕੇ ਗਏ ਪਿਤਾ ਕਲਿਆਣ ਦੇ, ਜਦੋਂ ਖੇਤੀ 'ਚ ਮਨ ਨਹੀਂ ਲੱਗਿਆ, ਹੱਟ 'ਚ ਮਨ ਨਹੀਂ ਲੱਗਾ, ਸੁਦਾਗਰੀ 'ਚ ਵੀ ਜਵਾਬ, ਚਾਕਰੀ 'ਚ ਵੀ ਪਿਤਾ ਕਲਿਆਣ ਦਾਸ ਵਾਸਤੇ ਦਾ ਜਵਾਬ, ਮੱਝੀਆਂ ਗਊਆਂ ਚਾਰਨ ਗਏ ਉੱਥੇ ਲਾਮੇ ਆ ਗਏ। ਪਿਤਾ ਨੇ ਸੋਚਿਆ ਫਿਰ ਹੁਣ ਕੋਈ ਨਵਾਂ ਵਪਾਰ ਹੀ ਕਰਾ ਲਈ ਇਹਨਾਂ ਤੋਂ, ਕੀ ਪਤਾ ਇੱਧਰ ਹੀ ਲੱਗ ਜਾਏ ਇਹਨਾਂ ਦਾ ਮਨ,
कोई समान खरीद के लियाणगे, मुनाफा होएगा, लाभ होएगा। वो पिता की सोच ये दुनियावी तौर पर, जिवें आपां कहिंदे बच्चे हिले लग जाण, मेरे बच्चे सैटल हो जाण, सैटल कोई मैनूं चिंता नहीं रहेगी, हुंदा ना। अज आपां नूं भी अपने बच्चों की सैटिंग हो जाए, सेंटलमेंटल हो जाए। दुनियावी तौर पर मोह की कनात पाई हुई सी गुरु नानक ने, वह भी यही जानते भी सुखी रहेगा, कल धी भी किने देनी है, कोई काम कर लग्या होगा ता ही। सो कल विचार आप सरवण करांगे, हुई भुलां की माफी, समा आग्या नहीं देंदा, होर विचार करिए। जिन्हिया भी संगतां ने हाजरियां भरिया ने दूरों नेड़ियों चल करके, गुरु महाराज कृपा करे सब दियां हाजरियां प्रवान करन, सरदार रणजीत सिंह दे सारे परिवार बच्चों ते मेर प्रयास रखन, चढ़दी कला बख्शिश करन बेनतियां प्रवान। राम कली महला तीजा, आनंद एको ओंकार सतगुर प्रसाद, आनंद पिया मेरी माए सतगुरु मैं पाया। हम दो तंगा वो हरी के मन जनी वसाया, हर नाल रहो तू मन मेरे दुख सब विसारना, कहे नानक मन में सदा रो हर नाले साथे, सदा सिमत सलाते नाम मन विसावे, साचा नाम मेरा आधार, साच नाम आधार मेरा, जिन भुखा सब गवाइया, आंदा कुर्मान कहने नानक सुनो संतो शब्द तरो प्यारो, साचा नाम हर पंच दूत दवास कीते काल कंटक मारिया, आनंद सुनो वड भागियो सगल मनोरथ पूरे, संत साजन पए सरसे पूरे गुर ते जानी, पवन गुरु पानी पिता माता धरत महात, करमी आपो आपनी के निड़े के दूर, वाहिगुरु जी का खालसा वाहिगुरु जी की फतेह, फतेह फतेह। Yeah.